ਮੇਰੇ ਨਾਲ ਚੱਲ ਪੁੱਤ, ਹੱਥ ਬੰਨਦੀ ਆ ਤੂੰ ਕਰੇ ਚੱਲ, ਸਾਡੇ ਨਰਕ ਹੋਇਆ ਪਿਆ ਜੱਜ ਦੇ ਘਰੇ ਜਾ ਜਾ ਬੈਠ ਗਏ ਤੇ ਡਿਊਟੀਆਂ ਲਾਉਂਦੇ ਤੇ ਜੱਜ ਦੇ ਇੱਕ ਨੀ ਸੁਣੀ। ਜਿਹੜਾ ਬੰਦਾ 15 ਸਾਲ ਹੋ ਗਏ ਇਹਨਾਂ ਦੇ ਪਿੱਛੇ ਫਿਰਦਿਆਂ ਨੂੰ ਖਰਚ ਕਰਦਿਆਂ ਨੂੰ, ਉਹਨੂੰ ਸਰਪੰਚ ਬਣਨਾ ਚਾਹੀਦਾ ਯਾਰ? ਜਿਹੜਾ ਮੇਰਾ ਵਰਗਾ ਅੱਜ ਦਾ ਅੱਜ ਤਿਆਰ ਹੋਇਆ ਉਹਨੂੰ ਬਣਨਾ ਚਾਹੀਦਾ, ਪਿੰਡ ਉਹਦੇ ਨਾਲ ਲੱਗਿਆ ਹੋਇਆ, ਚਾਰ ਪੈਸੇ ਵੀ ਲਏ ਨੇ, ਪਾਰਟੀ ਪਿੱਛੇ ਕੁਰਬਾਨੀ ਵੀ ਦਿੱਤੀ ਆ ਉਹਨੇ। ਸਤਿ ਸ੍ਰੀ ਅਕਾਲ ਹੈ, ਸਤਿ ਸ੍ਰੀ ਅਕਾਲ ਹੈ, ਹੱਥ ਖੜੇ ਨੇ, ਕੁਛ ਨੀ ਹੈਗਾ, ਨਾ ਅਸੀਂ ਵੋਟ ਪਾਈਏ ਨਾ ਪਾਉਣ ਦੀ ਲੋੜ ਹੈ ਸਾਨੂੰ, ਕਲੀਅਰ ਕਹਿੰਦੇ ਹਾਂ, ਹੱਥ ਖੜੇ ਨੇ। ਇਹ ਮੈਡਮ ਬਣਨੇ ਨਹੀਂ ਦੇਣਾ ਨੇ ਯਾਰ, ਹੈਲੋ ਕਲੀਅਰ ਕਹਿ ਰਿਹਾ ਵੀ ਮੈਡਮ ਨੇ ਸਰਬਸੰਮਤੀ ਬਣਨੀ ਨਹੀਂ ਸਾਡੇ ਪਿੰਡ। ਜਿਹੜਾ ਸਾਡੇ ਪਿੰਡਾਂ ਚ ਘਾਹ ਖੜਾ 5 ਸਾਲ ਪੁਰਾਣਾ, ਤੁਹਾਨੂੰ ਦਿਖਾ ਦੇਣਾ ਪਿੰਡ ਦੀ ਤਾਂ ਜਾ ਕੇ ਇੱਥੇ ਦੇਖਤਾ ਲੈ ਕਿਤੇ ਟੁੱਟਿਆ ਕੀ ਕਰਿਆ ਸਾਡੇ ਪਿੰਡ ਚ, ਇੱਕ ਵਾਰੀ ਆ ਤਾਂ ਜਾ ਕਦੇ ਦੇਖਦਾ ਜਾ। ਅੱਜ ਤਾਂ ਕਿਸ ਤੋਂ ਆਸ ਰੱਖਦੀ ਨੀ ਗੇ, ਸਿੱਧੀ ਇਹ ਗੱਲ ਹੈ, ਕਲੀ ਆਏਗੀ ਚੰਗਾ ਸਿਆ, ਜਦੋਂ ਐਮ ਐਲ ਏ ਨਹੀਂ ਕੁਛ ਕਰ ਸਕਦੀ ਸਾਡਾ ਸਰਪੰਚ ਕੀ ਕਰੂਗਾ? ਨਾ ਕੋਈ ਨੀ ਹੋਇਆ ਸਾਡੇ ਤਾਂ, ਕੋਈ ਨੀ ਮੰਨਦਾ, ਕੁਛ ਨੀ ਕਰਦਾ ਕੋਈ ਵੀ ਸਾਡੇ, ਬਸ ਸਾਡੇ ਤੇ ਲੱਗਦੇ ਨੇ, ਸਾਡਾ ਕੋਈ ਕੰਮ ਨੀ ਹੋਣ ਦਿੰਦਾ, ਨਾ ਕੋਈ ਸਰਪੰਚ ਹੋਣ ਦੇਵੇ ਨਾ ਕੋਈ ਮੈਂਬਰ ਹੋਣ ਦੇਵੇ, ਸਰਪੰਚ ਹੋ ਕੇ ਵਾਗੇ ਮੈਂਬਰ ਹੋ ਕੇ ਵਾਗੇ, ਇੰਨੇ ਵਾਗੇ ਸਾਡੇ ਦਾ ਕੋਈ ਹੱਲ ਨੀ ਕਰ ਰਿਹਾ, ਬਸ ਸਾਨੂੰ ਡੋਬਦੇ ਨੇ, ਮਾਜ਼ਬੀਆਂ ਨੂੰ ਡੋਬਦੇ ਨੇ ਬਸ ਸਾਨੂੰ। ਪਰ ਵੀ ਹੁਣ ਕੋਈ ਸਾਡੇ ਕੋਈ ਵਿਕਾਸ ਦਾ ਕੁਛ ਨਹੀਂ, ਸਾਡਾ 5 ਸਾਲ ਪਿੰਡ ਪਿੱਛੇ ਹੋਰ ਹੋ ਗਿਆ, ਕੰਮ ਹੋਏ ਨੇ ਆਪਣੇ ਤਾਂ ਉੱਧਰ ਹੋ ਗਿਆ ਵੀਰੇ, ਆਪਾਂ ਕੁਛ ਕਹਿ ਨਹੀਂ ਸਕਦੇ ਇਹਦੇ ਬਾਰੇ, ਹੈ ਨਾ। ਪ੍ਰੋਗਰਾਮ ਪੰਚਾਇਤੀ ਚੋਣ ਦੰਗਲ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਪਿੰਡ ਬਾਲਦਪੁਰਦ ਦੇ ਲੋਕਾਂ ਦੇ ਨਾਲ ਵਾਕਫ ਕਰਾਵਾਂਗੇ। ਤਾਂ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਤੇ ਜਿਹੜਾ ਨਾਮਜ਼ਦਗੀ ਪੱਤਰ ਵੀ ਜਿਹੜੇ ਭਰਨੇ ਸ਼ੁਰੂ ਹੋ ਗਏ ਨੇ, ਤਾਂ ਇਸ ਸੀਟ ਦੀ ਗੱਲ ਕੀਤੀ ਜਾਵੇ ਤਾਂ ਐਸਸੀ ਸੀਟ ਹੈ ਜਿਹੜੀ, ਤਾਂ ਇੱਥੇ ਚੋਣ ਲੜੇਗੀ, ਤਾਂ ਉਮੀਦਵਾਰ ਵੱਖ ਵੱਖ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਮਿਲਣਗੇ ਤੇ ਲੋਕਾਂ ਦੀਆਂ ਮੁਸ਼ਕਲਾਵਾਂ ਵੀ ਸੁਣਨਗੇ, ਇਹਦੇ ਸਿਰ ਤੇ ਤਾਜ ਆ ਜਿਹੜਾ ਸਰਪੰਚੀ ਦਾ ਸਜੇਗਾ। ਤਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਪਿੰਡ ਦੇ ਵਿੱਚ ਕਿਹੜੇ ਕਿਹੜੇ ਮਸਲੇ ਨੇ ਤਾਂ ਜਿਹੜੇ ਹੱਲ ਹੋਣ ਵਾਲੇ, ਕੀ ਪੁਰਾਣੀ ਪੰਚਾਇਤ ਪੁਰਾਣੇ ਸਰਪੰਚ ਨੇ ਪਿੰਡ ਨੂੰ ਨਿਖਾ ਰਿਹਾ ਜਾਂ ਫਿਰ ਨਹੀਂ। ਤਾਂ ਮੇਰੇ ਨਾਲ ਹੋਰ ਵੀ ਮੌਜੂਦ ਨੇ, ਕਿਵੇਂ ਦੇਖਦੇ ਹੋ ਬਾਈ ਜੀ ਪਹਿਲਾਂ ਪੰਚਾਇਤੀ ਚੋਣਾਂ 'ਚ? ਮੇਰੀ ਗੱਲ ਸੁਣ ਲੈ, ਜਦ ਨਾ ਸਾਡੇ ਭਰਾ ਜਾਈਏ, ਜਦੋਂ ਅਸੀਂ ਇਹਦੇ ਨਾਲ ਖੜੇ ਹਾਂ, ਕਲੀਅਰ ਖੜੇ ਸੀਗੇ, ਸਾਰਾ ਪਿੰਡ ਸਾਡਾ ਨਾਲ ਖੜਾ ਸੀ, ਅਸੀਂ ਇਹਨਾਂ ਤੋਂ ਇੱਕ ਮੰਗ ਕਰੀ ਸੀ ਸੀਵਰੇਜ ਦੀ, ਵੀ ਸਾਡੇ ਸੀਵਰੇਜ ਪੈਣੀ ਚਾਹੀਦੀ ਹੈਗੀ, ਲਾ ਲਓ ਸਭ 2.5 ਸਾਲ ਹੋ ਗਏ, ਸੀਵਰੇਜ ਤਾਂ ਪਈ ਨਹੀਂ, ਪਾਣੀ ਸਾਡੇ ਘਰਾਂ 'ਚ ਵੜਨ ਲੱਗ ਗਿਆ, ਓਕੇ ਹੋ ਗਿਆ ਕੰਮ ਸਾਡਾ ਤਾਂ ਕਲੀਅਰ ਆ। ਬਾਕੀ ਦੂਸਰੀ ਗੱਲ ਰਹਿੰਦੀ ਖੂੰਦੀ, ਇਹਨੇ ਪੜਾ ਸਾ ਕੱਢ ਲਈ, ਜਿਹੜਾ ਸਾਡਾ ਜਰਨਲ ਐਸਸੀ ਦੀ ਜਰਨਲ ਸਾਡਾ ਜਰਨਲ ਨੇ ਬਣਨਾ ਸੀਗਾ ਐਸਸੀ, ਫੇਰ ਪਾਤਾ ਇਹਨੇ। ਪ੍ਰੈਕਟੀਕਲ ਸੋਚੀਏ, ਐਸਸੀ ਦਾ ਨੁਕਸਾਨ ਤੁਸੀਂ ਕੀ ਸਮਝਦੇ ਹੋ, ਕਿਉਂਕਿ ਕੀਤੀ ਜਾਵੇ ਆਮ ਤੌਰ ਤੇ? ਹਾਂ ਮੈਂ ਮੰਨਦਾ, ਜਿਹੜਾ ਬੰਦਾ 15 ਸਾਲ ਹੋ ਗਏ ਇਹਨਾਂ ਦੇ ਪਿੱਛੇ ਫਿਰਦਿਆਂ ਨੂੰ ਖਰਚ ਕਰਦਿਆਂ ਨੂੰ, ਉਹਨੂੰ ਸਰਪੰਚ ਬਣਨਾ ਚਾਹੀਦਾ ਯਾਰ? ਜਿਹੜਾ ਮੇਰਾ ਵਰਗਾ ਅੱਜ ਦਾ ਅੱਜ ਤਿਆਰ ਹੋਇਆ ਉਹਨੂੰ ਬਣਨਾ ਚਾਹੀਦਾ, ਪੜ੍ਹਿਆ ਲਿਖਿਆ ਬੰਦਾ, ਕੁਆਲੀਫਾਈਡ ਹੈਗਾ, ਉਹ ਸਾਰਾ ਕੁਛ ਹੀ ਹੈਗਾ, ਉਹ ਦਾਅਵੇਦਾਰ ਵੀ ਹੈਗਾ ਪਿੰਡ ਦਾ, ਪਿੰਡ ਉਹਦੇ ਨਾਲ ਲੱਗਿਆ ਹੋਇਆ, ਚਾਰ ਪੈਸੇ ਵੀ ਲਏ ਨੇ, ਪਾਰਟੀ ਪਿੱਛੇ ਕੁਰਬਾਨੀ ਵੀ ਦਿੱਤੀ ਆ ਉਹਨੇ, ਬਲਾਕ ਪ੍ਰਧਾਨ ਵੀ ਬਣੇਗਾ, ਸਿਰਫ ਜਿੱਦ, ਮਤਲਬ ਸਾਨੂੰ ਏਸੀ ਨਾਲ ਕੋਈ ਮਤਲਬ ਨਹੀਂ ਹੈਗਾ ਵੀ ਮਤਲਬ ਉਹ ਕਿਉਂ ਨਹੀਂ ਬਣ ਰਹੇ, ਬਣਨ, ਉਹ ਸਾਡੇ ਆਪਣੇ ਨੇ, ਸਾਡਾ ਸਾਰਾ ਪਰਿਵਾਰ ਹੈ, ਸਾਡਾ ਇੱਕੋ ਹੈ, ਪਰ ਜਿਹੜਾ ਦਾਅਵੇਦਾਰ ਸੀਗਾ ਜਿਨ੍ਹਾਂ ਨੇ ਪਿੰਡ ਦੇ ਵਿੱਚ ਕੰਮ ਕੀਤੇ ਨੇ, ਹਾਂ ਹਾਂ ਦਾਅਵੇਦਾਰ ਸੀ, ਉਹਨੇ ਪਿੰਡ 'ਚ ਲਾਤਾ, ਫਿਰ ਉਹਨੂੰ ਬਲਾਕ ਪ੍ਰਧਾਨ ਬਣਾਇਆ ਕੋ ਇਹਨਾਂ ਨੇ। ਤਾਂ ਜੇਕਰ ਇੱਦਾਂ ਚੱਲੂ ਤਾਂ ਫਿਰ 5 ਸਾਲ ਨੂੰ ਕੀ ਸਮਝਾਂਗੇ ਅਸੀਂ, ਕਿਵੇਂ ਕੰਮ ਹੋਣਗੇ? ਸਤਿ ਸ੍ਰੀ ਅਕਾਲ ਹੈ, ਸਤਿ ਸ੍ਰੀ ਅਕਾਲ ਹੈ, ਹੱਥ ਖੜੇ ਨੇ ਕੁਛ ਨਹੀਂ ਹੈਗਾ, ਨਾ ਅਸੀਂ ਵੋਟ ਪਾਈਏ ਨਾ ਪਾਉਣ ਦੀ ਲੋੜ ਹੈ ਸਾਨੂੰ, ਕਲੀਅਰ ਕਹਿੰਦੇ ਹਾਂ, ਹੱਥ ਖੜੇ ਨੇ ਕਿਹਨੂੰ ਮੱਚ, ਚਾਹੇ ਭਰਾ ਨੂੰ ਬੁਲਾ ਲਓ, ਚਾਹੇ ਕਿਸੇ ਨੂੰ ਮਰਜ਼ੀ ਬੁਲਾ ਲਓ, ਭਰਾ ਨਾਲ ਖੜੇ ਸੀ, ਵੋਟਾਂ ਪਾਈਆਂ ਨੇ, ਪਿੰਡ ਨੇ ਪਾਈਆਂ ਨੇ ਸਾਰੇ ਨੇ, ਅੱਛਾ, ਪਰ ਹੁਣ ਹੱਥ ਖੜੇ ਨੇ ਗੇ, ਜਿਹੜੇ ਨੇ ਧੱਕਾ ਕਰਿਆਗਾ, ਧੱਕਾ ਸਾਡੇ ਪਿੰਡ ਨਾਲ ਕਲੀਅਰ ਹੋਇਆ, ਕਲੀਅਰ, ਨਾਲੇ ਉਹਨੇ ਕਹਿ ਕੇ ਕਹਿਆਗਾ ਵੀ ਮੈਂ ਕਰੂੰਗੀ।
ਕਲੀਅਰ ਤਾਂ ਪਰ ਦੇਖਿਆ ਜਾਵੇ ਪੁਰਾਣੀ ਪੰਚਾਇਤ ਦੀ ਗੱਲ ਕਰ ਲਈਏ ਤਾਂ ਕਿੰਨੇ ਕੁ ਪਿੰਡ ਦੇ ਕੰਮ ਹੋਏ ਨੇ ਪੰਚਾਇਤ ਨੇ ਕਰੇ ਨੇ ਵਧੀਆ ਜਿੰਨੇ ਕੁ ਉਹਨਾਂ ਤੋਂ ਹੋਇਆ ਕਰੇ ਨੇ ਉਹਨਾਂ ਨੇ ਐਂ ਨਹੀਂ ਕਹਿੰਦੇ ਵੀ ਉਹਨਾਂ ਨੇ ਵੀ ਪਹਾੜ ਢਾਤਾ ਉਹ ਵੀ ਇਹੀ ਜੀ ਨੇ ਸਾਰੀ ਅੱਛਾ ਸਿੱਧੀ ਗੱਲ ਹੈਗੀ ਜਿਵੇਂ ਸੁਣਦੇ ਹੁੰਦੇ ਸੀ ਵੀ ਡੱਬੇ ਬੰਦ ਆਉਂਦੇ ਹੁੰਦੇ ਨੇ ਇਸ ਵਾਰ ਆਸ ਹੈਗੀ ਵੀ ਡੱਬੇ ਬੰਦ ਪਹੁੰਚਣਗੇ ਲੋਕਾਂ ਨੂੰ ਮੁਸ਼ਕਿਲ ਹੀ ਲੱਗਦਾ ਖਾਲੀ ਵਾਂਗੂ ਤਾਂ ਨਹੀਂ ਹੁੰਦਾ ਨਹੀਂ ਨਹੀਂ ਉਹ ਤਾਂ ਦੇਖਦੇ ਫਿਰ ਹਾਲ ਤਾਂ ਆਉਣ ਦੋ ਨਾ 15 ਤਰੀਕ ਆਉਣ ਦੋ ਦੱਸਾਂਗੇ ਵੀ ਕੀ ਬਣਦਾ ਕੀ ਨਹੀਂ ਬਣਦਾ ਕਿਵੇਂ ਲੱਗਦਾ ਸਰਪੰਚੀ ਦਾ ਕਿਹਦੇ ਸਿਰ ਤੇ ਜਿਹੜਾ ਤਾਜ ਹੈ ਤਾਂ ਦੇਖੋ ਇਹ ਦੋ ਬੰਦੇ ਇਹਨਾਂ ਦੇ ਆਪ ਖੜੇ ਨੇਗੇ ਏਸੀ ਦੇ ਬੰਦੇ ਨੇਗੇ ਉਹਨਾਂ ਨੂੰ ਅਸੀਂ ਕੁਛ ਕਹਿ ਨਹੀਂ ਸਕਦੇ ਉਹ ਤਾਂ ਜੇ ਉਹ ਆਪ ਚ ਸਾਂਝੇਦਾਰੀ ਕਰਨ ਇੱਕ ਹੀ ਬੰਦਾ ਵੀ ਖੜਾ ਹੋ ਸਕਦਾ ਜੇ ਹੁਣ ਉਹ ਐਂ ਹੋਣਗੇ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਅਸੀਂ ਤਾਂ ਫਿਰ ਬਹਿ ਕਾਂ ਯਾਰ ਸਾਨੂੰ ਤਾਂ ਹੁਣ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਤਾਂ ਇਹਨਾਂ ਦਾ ਮਕਸਦ ਹੈਗਾ ਦੋਨੇ ਧਿਰਾਂ ਦਾ ਮਤਲਬ ਜਿਹੜੇ ਦੋਨੇ ਖੜੇ ਨੇਗੇ ਇਹ ਤਿੰਨ ਨੇ ਤਿੰਨ ਖੜੇ ਨੇ ਚਾਰ ਇਹ ਆਪਸ ਬੈਠ ਕੇ ਗੱਲ ਕਰਨ ਅੱਛਾ ਕੱਲਾ ਬਣ ਜਾਣ ਇਹਨਾਂ ਦੇ ਸਮਤੀ ਦੀ ਆਸ ਹੈਗੀ ਹੈ ਨਾ ਮੁਸ਼ਕਿਲ ਹੈ ਨਹੀਂ 1 ਲੱਖ ਰੁਪਇਆ ਪਿੰਡ ਦੇ ਇਹ ਮੈਡਮ ਬਣਨੇ ਨਹੀਂ ਦੇਣਾ ਨੇ ਯਾਰ ਹੈਲੋ ਕਲੀਅਰ ਕਹਿ ਰਿਹਾ ਮੈਂ ਮੈਡਮ ਨੇ ਸਰਬਸੰਮਤੀ ਬਣਨੇ ਨਹੀਂ ਸਾਡੇ ਪਿੰਡ ਸਮਤੀ ਹੋ ਰਹੀ ਸੀ ਸਾਡੇ ਜਰਨਲ ਬੰਦੇ ਤੇ ਸਮਤੀ ਹੋ ਰਹੀ ਸਾਡੇ ਜਰਨਲ ਬੰਦੇ ਤੇ ਸਮਤੀ ਹੁੰਦੀ ਸਾਰਾ ਪਿੰਡ ਇੱਕ ਪਾਸੇ ਦੀਗਾ ਰਿਜ਼ਰਵ ਕਰਾਉਣ ਦੀ ਲੋੜ ਹੀ ਨਹੀਂ ਦੀਗੀ ਸਾਰਾ ਪਿੰਡ ਇੱਕ ਪਾਸੇ ਦੀਗਾ 1500 ਵੋਟ ਚੋਂ 1000-1200 ਵੋਟ ਇੱਕ ਪਾਸੇ ਦੀਗੀ ਐਡਾ ਤਾਂ ਕੰਮ ਕਰਨ ਦੀ ਲੋੜ ਨਹੀਂ ਰਿਜ਼ਰਵ ਕਰਾਤਾ ਨਾਲ ਤਾਂ ਲੜਾਈਆਂ ਕਰਾਤੀਆਂ ਨਾਲੇ ਕੋਈ ਹੁਣ ਇੱਕ ਵਿਕਾਸ ਵੀ ਬਹੁਤ ਵਧੀਆ ਹੋਣਾ ਹੁਣ 5 ਸਾਲ ਵਧੀਆ ਚੱਲਣਾ ਆ ਫੁੱਲ ਹੋਊਗਾ ਫੁੱਲ ਸਾਲ ਪਹਿਲਾਂ ਲਾਂਗੇ 3 ਸਾਲ ਵਧੀਆ ਹੋ ਜਾਊਗਾ ਹੁਣ ਤਾਂ ਹੋਈ ਖੜਾ ਬਾਈ ਮੇਰੇ ਹੁਣ ਬਹੁਤ ਵਿਕਾਸ ਹੋ ਜਾਊਗਾ ਬਹੁਤ ਵਧੀਆ ਹੁਣ ਫੁੱਲ ਵਧੀਆ ਵਿਕਾਸ ਹੋਊਗਾ ਇੱਧਰ ਨੂੰ ਬਾਗ ਚੱਲੋ ਬਾਈ ਨੂੰ ਆ ਤੁਹਾਨੂੰ ਘਾਹ ਦਿਖਾ ਲਿਆਉਣਾ ਜਿਹੜਾ ਸਾਡੇ ਪਿੰਡਾਂ ਚ ਘਾਹ ਖੜਾ 5 ਸਾਲ ਪੁਰਾਣਾ ਤੁਹਾਨੂੰ ਦਿਖਾ ਲਿਆਉਣਾ ਪਿੰਡ ਦੀ ਪੰਚਾਇਤ ਦੀ ਗੱਲ ਕਰੀਏ ਪੁਰਾਣੀ ਦੀ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਵੀ ਅਸੀਂ ਪਿੰਡ ਨੂੰ ਨਿਖਾਰਤਾ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਤੇ ਅਸੀਂ ਪਿੰਡ ਦੇ ਵਿੱਚ ਇਹ ਕਰ ਵਾਰੀ ਆ ਤਾਂ ਜਾ ਕੇ ਇੱਥੇ ਦੇਖਤਾ ਲੈ ਕਿਤੇ ਤੈ ਕੀ ਕਰਿਆ ਸਾਡੇ ਪਿੰਡ ਚ ਇੱਕ ਵਾਰੀ ਆ ਤਾਂ ਜਾ ਕਦੇ ਦੇਖਦਾ ਜਾ ਤੈਨੂੰ ਅਸੀਂ ਕੀ ਕਿਵੇਂ ਅਜੈਸਟਮੈਂਟ ਕਰ ਦਿਆਂਗੇ ਤੇਰੇ ਪੈਰੀ ਹੱਥ ਕਿਵੇਂ ਲਾਵਾਂਗੇ ਇਹਦੇ ਆ ਤਾਂ ਜਾ ਕਹਿੰਦੇ ਮੜੇ ਦੇਖਦਾ ਲੈ ਇੱਥੇ ਆ ਕੇ ਵੀ ਤੈ ਕੀ ਕਰਤਾ ਕਿ ਫੱਟੀ ਪੋਚ ਦਿੱਤੀ ਜਾਊਗੀ ਸਾਡਾ ਬੰਦਾ ਗਰੀਬ ਆ ਸਾਡੇ ਪਿੰਡ ਜਮੀ ਖੜਾ ਤੇ ਉਹਦੇ ਨਾਲ ਬਰਾਜ ਨਾਲ ਜਾਂਦਾ ਤੇ ਹਰੇਕ ਥਾਂ ਮੇ ਚੌੜਾ ਹੋ ਕੇ ਇਹਨੂੰ ਗਾਲਾਂ ਕੱਢਦੇ ਤੇ ਇਹ ਬਹੁਤ ਵੀ ਤੂੰ ਚੌੜਾ ਹੋਇਆ ਜਾਂਦਾ ਇਹਨੂੰ ਕਿਤੇ ਨਾ ਤਾਂ ਇੰਨੇ ਪੈਸੇ ਦੇ ਕਿਤੇ ਨਾ ਨੌਕਰੀ ਦਵਾਈ ਇਹਨੂੰ ਨਾ ਇਹਦਾ ਕੋਈ ਕੰਮ ਕਰਾਇਆ ਨਾ ਇਹਦੇ ਕਿਤੇ ਘਰ ਵਾਲੇ ਮਾੜੇ ਮੁੱਠੇ ਵੀ ਚੱਲ ਕਿਤੇ ਸੁੰਬਰ ਨੇ ਖਾਦਾ ਜਾਂ ਸਕੂਲ ਚ ਹੋਰ ਰਖਾਏ ਨੇ ਉੱਥੇ ਹੀ ਖਾਦਾ ਦੱਸੋ ਅੱਗੇ ਸਭ ਤੋਂ ਗਰੀਬ ਬੰਦਾ ਇਹ 14 ਸਾਲ ਹੋ ਗਏ ਨੂੰ 13 ਸਾਲ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੂੰ ਨਾਲ ਜੁੜੇ ਨੂੰ ਉਹਨਾਂ ਦੇ ਆ ਬੈਠਾ ਕਰੇ ਹੁਣ ਕੋਈ ਵੀ ਮਾਰਦਾ ਫਿਰਦਾ ਇਹ ਬੇਰੁਜ਼ਗਾਰ ਆ ਜਮੀ ਇਹ ਹੋਰ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਤੁਹਾਡੇ ਮੁਤਾਬਿਕ ਜੇ ਨਵਾਂ ਸਰਪੰਚ ਬਣਦਾ ਵੀ ਹੈ ਤਾਂ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਉਹਨੂੰ ਕਰਨੇ ਚਾਹੀਦੇ ਪਹਿਲ ਦੇ ਆਧਾਰ ਤੇ ਤਾਂ ਪਹਿਲੇ ਸਭ ਨਾਲੋਂ ਵੱਡੀ ਗੱਲ ਹੈ ਸੀਵਰੇਜ ਦੀ ਸਾਨੂੰ ਸੀਵਰੇਜ ਸਾਨੂੰ ਕੋਈ ਗਲੀ ਨਹੀਂ ਚਾਹੀਦੀ ਸਾਨੂੰ ਕੋਈ ਨਾਲਾ ਨਹੀਂ ਚਾਹੀਦਾ ਸਾਨੂੰ ਕੁਝ ਨਹੀਂ ਜੇ ਸਾਡੀ ਸੀਵਰੇਜ ਨਿਕਲ ਗਿਆ ਪਾਣੀ ਖੜਨਾ ਨਹੀਂ ਫਿਰ ਆਪਾਂ ਨੂੰ ਗਲੀਆਂ ਦੀ ਕੀ ਲੋੜ ਹੈ ਪਿੰਡ ਦੇ ਲਵੇ ਵੈਸੇ ਪੰਚਾਇਤੀ ਜ਼ਮੀਨ ਹੈ ਕਿ ਜਿਹੜੇ ਪੈਸਿਆਂ ਨਾਲੋਂ ਪਿੰਡ ਦਾ ਵਿਕਾਸ ਪਿੰਡ ਦਾ ਪੰਚਾਇਤੀ ਬਹੁਤ ਜ਼ਮੀਨ ਹੈ ਬਹੁਤ ਹੈ ਜੀ ਹੁਣ ਤੱਕ ਹੱਲ ਕਿਵੇਂ ਹੁਣ ਤੱਕ ਪੰਚਾਇਤੀ ਜ਼ਮੀਨ ਉਹ ਕੁਝ ਜਿਹੜਾ ਕੁਝ ਕਰਿਆ ਉਹਨਾਂ ਨੇ ਕਰਤਾ ਜਦੋਂ ਇਹ ਆਪਣੀ ਭਰਾਜ ਇੱਥੇ ਆ ਕੇ ਕਹੇਗੀ ਕਿ ਸੀਵਰੇਜ ਮੈਂ ਤੁਹਾਡੀ ਪਹਿਲ ਤੇ ਕਰੂੰਗੀ ਇਸ ਸਮੇਂ ਤੋਂ ਇਹ ਦਿੱਕਤ ਆ ਰਹੀ ਹੈ ਸਾਨੂੰ ਤਾਂ ਬਹੁਤ ਟਾਈਮ ਤੋਂ ਆ ਰਹੀ ਹੈ ਦਿੱਕਤ ਮੇਰਾ ਖਿਆਲ ਹੈ 5-10 ਸਾਲ ਹੋ ਗਏ 8-9 ਸਾਲ ਹੋ ਗਏ ਨਵੇਂ ਸਰਪੰਚ ਤੋਂ ਆਸ ਰੱਖੋਗੇ ਵੀ ਆ ਕੇ ਬਣੂਗਾ ਤਾਂ ਉਹ ਪਿੰਡ ਦਾ ਜਿਹੜਾ ਯਾਰ ਅੱਜ ਤੱਕ ਕਿਸ ਤੋਂ ਆਸ ਰੱਖਦੀ ਨਹੀਂ ਗਏ ਸਿੱਧੀ ਇਹ ਗੱਲ ਹੈ ਕਲੀ ਆਏਗੀ ਚੰਗਾ ਸਿਆ ਜਦੋਂ MLA ਨਹੀਂ ਕੁਝ ਕਰ ਸਕਦੀ ਸਾਡਾ ਸਰਪੰਚ ਕੀ ਕਰੂਗਾ ਮੇਨ ਤਾਂ ਮੇਨ ਜਿਹੜਾ ਬੰਦਾ ਜਿਤਾ ਕੇ ਬਾਹਰ ਭੇਜਿਆਗਾ ਹੈ ਨਾ ਉੱਪਰ ਪੰਜਾਬ 'ਚ ਬੈਠਾ ਹੈਗਾ ਉਹ ਨਾ ਜਦੋਂ ਉਹਨੇ ਨਹੀਂ ਕੁਛ ਕਰਿਆ ਤਾਂ ਸਰਪੰਚ ਕੀ ਕਰ ਦੂਗਾ ਪੰਚਾਇਤੀ ਚੋਣਾਂ ਆ ਗਈਆਂ ਤੁਹਾਡੇ ਮਸਲਿਆਂ ਨੂੰ ਲੈ ਕੇ ਪਿੰਡਾਂ 'ਚ ਨਵੇਂ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਆਉਣਗੇ ਕੀ ਲੱਗਦਾ ਕੰਮ ਹੋਇਆ ਨਾ ਕੋਈ ਨਹੀਂ ਹੋਇਆ ਸਾਡੇ ਤਾਂ ਕੋਈ ਨਹੀਂ ਮੰਨਦਾ ਕੁਛ ਨਹੀਂ ਕਰਦਾ ਕੋਈ ਵੀ ਸਾਡੇ ਕਿਉਂ ਲੱਗਦਾ ਐਵੇਂ ਕਿ ਇਹ ਬਸ ਸਾਡੇ ਤਾਂ ਲੱਗਦੇ ਨੇ
ਸਾਡਾ ਕੋਈ ਕੰਮ ਨਹੀਂ ਹੋਣ ਦਿੰਦਾ, ਨਾ ਕੋਈ ਸਰਪੰਚ ਹੋਣ ਦੇਵੇ, ਨਾ ਕੋਈ ਮੈਂਬਰ ਹੋਣ ਦੇਵੇ। ਸਰਪੰਚ ਹੋ ਕੇ ਬਾਗੇ, ਮੈਂਬਰ ਹੋ ਕੇ ਬਾਗੇ, ਇੰਨੇ ਬਾਗੇ ਸਾਡੇ ਤਾਂ ਕੋਈ ਹੱਲ ਨਹੀਂ ਕਰ ਰਿਹਾ। ਬਸ ਸਾਨੂੰ ਡੋਬਦੇ ਨੇ, ਮਾਜ਼ਬੀਆਂ ਨੂੰ ਡੋਬਦੇ ਨੇ ਬਸ ਸਾਨੂੰ। ਸਾਡੇ ਤਾਂ ਬਸ ਕੋਈ ਕੰਮ ਨਹੀਂ ਕਰ ਸਕਦੇ। ਸੀਟ ਆਈ ਹੈ ਤਾਂ ਆਸ ਹੈਗੀ ਹੈ, ਕੋਈ ਪਤਾ ਨਹੀਂ ਹਲੇ ਵੀ ਕਰਨਗੇ ਕਿ ਨਾ ਕਰਨਗੇ, ਹਲੇ ਸਾਨੂੰ ਕੋਈ ਮਿਆਦ ਨਹੀਂ ਜਿੰਨਾ ਚਿਰ ਸਾਡਾ ਕੰਮ ਚੱਲਦਾ ਨਹੀਂ ਬਣਦਾ ਨਹੀਂ। ਇੱਕ ਵੋਟ ਹੈ, ਸਭ ਕੁਝ ਹੁੰਦਾ ਹੈ, ਤਾਂ ਵੋਟ ਦੇ ਲਈ ਤਾਂ ਆਉਣਗੇ ਜ਼ਰੂਰ। ਕੋਈ ਪਤਾ ਨਹੀਂ, ਸਾਨੂੰ ਕਹਿਤਾ ਤਾਂ ਲੱਗਦਾ ਹੈ ਵੀ ਵੋਟ ਲਈ ਆਉਣਗੇ ਤਾਂ ਆਪਣੀ ਜਿਹੜੀ ਡਿਮਾਂਡ ਹੈ ਆਪਣਾ ਕੰਮ ਨਹੀਂ ਵੀ ਸਾਡੀ ਪੂਰੀ ਕਰਨ ਜਾਂ ਨਾ ਕਰਨ, ਅਸੀਂ ਪੱਕਾ ਨਹੀਂ ਕਰ ਸਕਦੇ। ਪਰ ਵਾਅਦੇ ਕਰ ਬਥੇਰੇ ਬਾਕੀ ਵੀਰੇ, ਬਹੁਤ ਵਾਅਦੇ ਕਰ ਬਾਕੀ। ਟੋਬਾ ਗਾ ਸਾਨੂੰ ਕੋਈ ਕੂੜਾ ਦਾ ਮੁਰੁੱਗ ਵੀ ਨਹੀਂ ਸਿੱਟਣ ਦਿੰਦੀ ਹੈਗੀ, ਗਾਲਾਂ ਦਿੰਦੀਆਂ ਨੇਗੀਆਂ। ਟੋਬਾ ਰੋਕੀ ਬੈਠੀਆਂ ਨੇਗੀਆਂ, ਉਹ ਜਿਹਨੇ ਘਰ ਨੇ ਅਗਲੀ ਦੇ ਲਵੇ ਲਵੇ। ਹੋਰ ਨਾਲਾ ਸਾਡੇ ਉਹ ਹੈਗਾ, ਜਵਾਕ ਕਿਰਦੇ ਨੇ ਸਾਡੇ ਵਿੱਚ, ਅਸੀਂ ਆਪ ਵੀ ਗਿਰ ਜਾਂਦੇ ਹਾਂ, ਚਾਹੇ ਉੱਥੇ ਜਾ ਕੇ ਦੇਖ ਲਓ। ਵੱਡੇ ਵੱਡੇ ਦਾਅਵੇ ਤਾਂ ਸਰਪੰਚ ਕਰਦੇ ਨੇ ਵੀ ਅਸੀਂ ਪਿੰਡ ਦੀ ਨੁਹਾਰ ਬਣ, ਤਾਂ ਕੁਛ ਨਹੀਂ ਕਰਦੇ। ਬਹੁਤ ਹੋ ਕੇ ਬਾਗੇ, ਅਸੀਂ ਤਾਂ ਹੱਥ ਬੰਨਦੇ ਆ ਵੀ ਸਰਪੰਚ ਹੋ ਕੇ ਬਾਗੇ, ਸਾਡੇ ਤਾਂ ਕੋਈ ਕੁਛ ਨਹੀਂ ਕਰਦਾ। ਨਾਲਾ ਦੱਸੋ, ਨਾਲਾ ਵੀ ਦੱਸਤਾ ਨਾਲਾ, ਤੂੰ ਬੋਲ ਪਾ। ਹੋਰ ਕੀ ਮੌਜੂਦ ਨੇ ਬਾਪੂ ਜੀ, ਸਰਪੰਚ ਨੇ ਤਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਪਿੰਡ ਦੀ ਨੁਹਾਰ ਬਦਲਤੀ, ਲੱਗਦਾ ਪਿੰਡਾਂ ਦਾ। ਤੁਸੀਂ ਦੱਸੋ ਇਹ ਕੀ ਕੀ ਬੋਲਦੇ ਹੋ, ਪਿੰਡ ਦੀ ਨੁਹਾਰ ਲੱਗਦਾ ਬਦਲੀ ਹੈ, ਪੁਰਾਣੇ ਸਰਪੰਚ ਨੇ ਕੰਮ ਵਧੀਆ ਕਰਿਆ, ਪਹਿਲਾਂ ਵਾਲੇ ਤੋਂ ਕੁਛ ਨਹੀਂ ਹੋਇਆ, ਸਾਰਾ ਪਾਣੀ ਇੱਥੇ ਆ ਕੇ ਖੜਦਾ ਜੀ, ਆਹ ਇੰਨਾ ਏਰੀਆ ਸਾਰਾ ਡੁੱਬ ਜਾਂਦਾ ਹਰ ਵਾਰੀ। ਕੀ ਕੰਮ ਹੋਣੇ ਰਹਿੰਦੇ ਨੇ ਪਿੰਡ ਦੇ? ਸਾਰੀ ਰਹਿੰਦੇ ਜੀ, ਪਾਣੀ ਦਾ ਖਾਸ ਨਹੀਂ ਹੋ ਰਿਹਾ। ਅਸਲ ਨਿਕਾਸ ਪਾਣੀ ਦਾ ਹੀ ਮੁੱਖ ਮਸਲਾ, ਪਾਣੀ ਦਾ। ਹਾਂ, ਅਸਲੀ ਤਾਂ ਪਾਣੀ ਦਾ ਹੀ ਆ ਵੀ, ਪਾਣੀ ਤਾਂ ਨਿਕਲਣਾ ਚਾਹੀਦਾ, ਬਾਹਰ ਤੇ ਖੜਨਾ ਨਹੀਂ ਚਾਹੀਦਾ। ਹੋਰ ਬਾਪੂ ਜੀ ਕੀ ਲੱਗਦਾ ਕਿ ਸਰਪੰਚ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ? ਤਾਂ ਹੋਰ ਵੀ ਬਜ਼ੁਰਗ ਮੇਰੇ ਨਾਲ ਮੌਜੂਦ ਨੇ ਬਾਪੂ ਜੀ, ਇੰਨੀ ਉਮਰ ਲੰਘ ਗਈ ਤਾਂ ਹੁਣ ਯੂਥ ਵੀ ਬਹੁਤ ਅੱਗੇ ਆ ਰਿਹਾ, ਸਰਪੰਚ 'ਚ ਕਿਹੜੇ ਕਿਹੜੇ ਗੁਣ ਚਾਹੀਦੇ? ਹਾਂਜੀ, ਕੀ ਲੱਗਦਾ ਸਾਡਾ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ? ਵਧੀਆ ਹੋਣਾ ਚਾਹੀਦਾ, ਕੰਮ ਕਰੇ ਜਿਹੜਾ, ਛੱਡ ਕੇ ਪਰਾਂ ਵਗ ਜਾਂਦੇ ਨੇ ਆਦਮੀ ਦਾ, ਬਹੁਤ ਕੀਤੀ ਹੈ। ਗੱਲਬਾਤ ਕਰ ਲੈਂਦਾ, ਕਿੰਨਾ ਕੁ ਪਿੰਡ ਦੇ ਵਿੱਚ ਵਿਕਾਸ ਹੋਇਆ? ਕੰਮ ਤਾਂ ਕੁਝ ਨਹੀਂ ਹੋਇਆ ਜੀ, ਇਹਦਾ ਗਿਣਤੀ ਤਾਂ ਇੱਕ ਦੋ ਤਾਂ ਹੋਣਗੇ ਵੀ, ਆ ਨਾ ਇੱਕ ਵੀ ਨਹੀਂ ਹੋਇਆ। ਐਤਕੀ ਫਿਰ ਸਰਪੰਚ ਹੀ ਆ ਗਈ, ਦਿਓਗੇ ਜਵਾਬ? ਹੋਰ ਸਵਾਲ ਕੀ ਦੇਣਾ ਇਹਨੇ। ਹੋਰ ਵੀ ਲੋਕ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ, ਤਾਂ ਗੱਲਬਾਤ ਕਰਦੇ ਆ, ਕੀ ਲੱਗਦਾ ਪਿੰਡ ਦੇ ਵਿੱਚ ਵਿਕਾਸ ਹੋਏ? ਇੱਧਰ ਹੀ ਗੱਲ ਕਰ ਲਾ, ਪਤਾ ਨਹੀਂ ਵੀ ਹੋਏ ਨੇ ਕਿ ਨਹੀਂ ਹੋ ਰਹੇ, ਮੈਂ ਤਾਂ ਪਿੰਡ 'ਚ ਨਹੀਂ ਰਹਿੰਦਾ। ਟੋਬਾ ਤੱਕ ਨੀ ਛਡਾਇਆ ਗਿਆ ਲੋਕਾਂ ਤੋਂ, ਉੱਥੇ ਵਿੱਚ ਕੂੜਾ ਦੋ ਘਰਾਂ ਨੇ ਕਬਜ਼ਾ ਕਰਕੇ, ਉੱਥੇ ਨੇੜੇ ਤੇੜੇ ਸਾਡੇ ਕੁਛ ਵੀ ਨੀ, ਸੀਵਰੇਜ ਦਾ ਕੰਮ ਸੀ ਸਾਡੇ ਮੇਨ, ਸਭ ਤੋਂ ਵੱਡਾ MLA ਤੱਕ ਉਹ ਗੱਲ ਹੋਈ ਸੀ, ਸਾਡੇ ਸੀਵਰੇਜ ਦਾ ਕੰਮ ਵੀ ਨੀ ਹੋਇਆ। SC ਸੀਟ ਦਿੱਤੀ ਗਈ ਹੈ ਤਾਂ ਲੱਗਦਾ ਉਹਦਾ ਲਾਭ ਨੀ ਵੀਰੇ, ਕੋਈ ਫਾਇਦਾ ਨੀ, ਉਹ ਵੀ ਇੱਕ ਧੱਕਾ ਹੀ ਕਰਿਆ ਇਹਨਾਂ ਨੇ, ਸਾਡਾ 5 ਸਾਲ ਪਿੰਡ ਪਿੱਛੇ ਹੋ ਗਿਆ, ਹੋਰ ਕੁਛ ਵੀ ਨਹੀਂ ਸਾਡੇ। ਜਿਵੇਂ ਅਸੀਂ ਪਹਿਲਾਂ ਵੀ ਮੈਂ ਗੱਲਬਾਤ ਕਰ ਰਿਹਾ ਸੀ, ਜੇਕਰ ਜਰਨਲ ਵੋਟਾਂ ਜ਼ਿਆਦਾ ਨੇ ਤਾਂ ਜਰਨਲ ਨੂੰ ਨਹੀਂ ਲੱਗਦਾ? ਜਰਨਲ ਨੂੰ ਵੀਰੇ ਮੌਕਾ ਮਿਲਣਾ ਚਾਹੀਦਾ, ਤੇ ਜਰਨਲ ਸਾਡੇ ਪੜ੍ਹੇ ਲਿਖੇ ਮੁੰਡਾ ਦੀ ਵਧੀਆ ਮੌਕਾ ਦੀ ਵਧੀਆ 2.5 ਸਾਲ ਹੋ ਗਏ ਉਹਨੂੰ ਲੋਕਾਂ ਦਾ ਕੰਮ ਕਰਾਉਂਦੇ ਫਿਰਦੇ ਨੂੰ, ਉਹਨੂੰ ਵੀਰੇ ਪੁੱਛਿਆ ਤੱਕ ਨਹੀਂ, ਜਾ ਕੇ 2-4 ਲੰਡੂ ਬੰਦਿਆਂ ਨੇ ਜਾ ਕੇ ਰਿਜ਼ਰਵ ਕਰਵਾਤਾ, ਚਲੋ ਰਿਜ਼ਰਵ ਵੀ ਬੰਦੇ ਆਪਣੇ ਨੇ, ਪਰ ਵੀ ਹੁਣ ਕੋਈ ਸਾਡੇ ਕੋਈ ਵਿਕਾਸ ਦਾ ਕੁਛ ਵੀ ਨਹੀਂ, ਨਵਾਂ ਸਾਡੇ 5 ਸਾਲ ਪਿੰਡ ਪਿੱਛੇ ਹੋਰ ਹੋ ਗਿਆ। ਨਵਾਂ ਸਰਪੰਚ ਤੋਂ ਆਸ ਹੋਊਗੀ? ਨਵਾਂ ਸਰਪੰਚ ਦੇਖੋ ਵੀਰੇ, ਜੇ ਪੜ੍ਹਿਆ ਲਿਖਿਆ ਬਣਦਾ ਗਾ, ਹੋਰ ਕੋਈ ਹੋਣੀ, ਜੇ ਪੜ੍ਹਿਆ ਲਿਖਿਆ ਬਣਦਾ ਗਾ ਤਾਂ ਫਾਇਦਾ ਗਾ, ਹੋਰ ਕੋਈ ਹੋਣੀ। ਸਰਬਸੰਮਤੀ ਦਾ ਲੱਗਦਾ ਚਾਂਸ ਵੀ? ਨਹੀਂ, ਸਰਬਸੰਮਤੀ ਵੀਰੇ ਉਂਗਲ ਵਾਲੇ ਲੋਕ ਹੋਣ ਨਹੀਂ ਦਿੰਦੇ, 5 ਲੱਖ ਰੁਪਇਆ ਦੇਣਗੇ ਵੀਰੇ, ਚਾਹੇ 10 ਲੱਖ ਦੇ ਦਿੰਦੇ, ਸਾਡੇ ਸਰਬਸੰਮਤੀ ਹੋਣ ਨਹੀਂ ਦਿੰਦੇ, ਉਹ ਵੀ ਵੀਰੇ ਪਾਰਟੀ ਬਾਜ਼ੀ ਦੇ ਕਿੱਥੇ ਹੋ ਜਾਊਗਾ।
ਜਦ ਪਿੰਡ ਚ ਪਾਰਟੀ ਬਾਜੀ ਹੋਵੇ। ਪਿਛਲੀ ਵਾਰ ਦੇ ਵਿੱਚ ਜਿਵੇਂ ਪਹਿਲਾਂ ਚੱਲਦਾ ਹੁੰਦਾ ਪਿੰਡਾਂ ਦੇ ਵਿੱਚ ਵੀ ਸ਼ਰਾਬ ਚੱਲਣੀ ਹੈ, ਇਹ ਚੱਲਿਆ, ਦੇਖੋ ਨਸ਼ਾ ਪਤਾ ਨਹੀਂ ਸਾਡੇ ਕੁਛ ਵੀ ਚੱਲਦਾ ਹੈ, ਉਹ ਕੁਛ ਨਹੀਂ ਹੈਗਾ ਸਾਡੇ, ਕੁਛ ਵੀ ਨਹੀਂ, ਹਾਲੇ ਤੱਕ ਕੁਛ ਵੀ ਨਹੀਂ ਆਇਆ, ਉਹ ਸਾਡੇ ਰਿਜ਼ਰਵ ਹੋ ਗਿਆ, ਸਾਡੇ ਕੁਛ ਵੀ ਨਹੀਂ ਹੈਗਾ ਇਹ ਜਿਹਾ, ਸਾਡੇ ਨਾ ਕੁਛ ਵੀ ਨਹੀਂ ਹੈਗਾ, ਸਾਡੇ ਤਾਂ ਨਾ ਤਰੱਕੀ ਹੋਊਗੀ ਨਾ ਸਾਡੇ ਆਹ ਕੁਛ ਹੈਗਾ, ਸਾਡੇ ਕੁਛ ਵੀ ਨਹੀਂ ਹੋ ਰਿਹਾ। ਤਾਂ ਹੋਰ ਵੀ ਮੌਜੂਦ ਨੇ, ਕੀ ਲੱਗਦਾ ਸਰਪੰਚੀ ਦੀਆਂ ਵੋਟਾਂ ਆ ਗਈਆਂ ਤਾਂ ਕਿਹੜੇ ਕਿਹੜੇ ਕੰਮ ਹੋਏ, ਤਾਂ ਜਿਹੜੇ ਲੋਕ ਝਿਜਕਦੇ ਵੀ ਨਜ਼ਰ ਆਉਂਦੇ ਨੇ ਤਾਂ ਕਿਵੇਂ ਲੱਗਦਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਜੇ ਤਾਂ ਇੱਥੇ ਨਾਂ ਲੈਂਦੇ ਹਾਂ ਫਿਰ ਤਾਂ ਅਸੀਂ ਗਰੀਬ ਆਦਮੀ ਹਾਂ, ਸਾਡੇ ਤਿਆਗ ਕਰਦੇ। ਦੂਜੀ ਗੱਲ, ਜਿਹੜੇ ਘਰ ਜਨਾਨੀਆਂ ਪਹਿਲਾਂ ਬੋਲੀਆਂ ਨੇ ਮੀਂਹ ਪਏ ਤੋਂ, ਇਹਨਾਂ ਦਾ ਬੁਰਾ ਹਾਲ ਇਹ ਜਿਹਾ, ਜੇ ਕੋਈ ਜੀ ਗਾਮ ਜਾਂਦਾ ਹੈ ਇਹ ਬਾਹਰ ਨਹੀਂ ਕੱਢ ਸਕਦੇ, ਨਾ ਰਿਸ਼ਤੇਦਾਰ ਬਣ ਸਕਦਾ, ਨਾ ਕੋਈ ਪਿੰਡ 'ਚੋਂ ਆ ਸਕਦਾ। ਤੀਜੀ ਗੱਲ, ਸਾਡੇ ਗੁਰਦੁਆਰੇ ਲਾਊਡ ਸਪੀਕਰ ਹੈ, ਉਹਦੀ ਤਾਰ ਕਟਾਈ ਜਾਂਦੇ ਕਹਿੰਦੇ ਸਾਡੇ ਘਰ ਆਉਂਦੇ ਵੇ ਸੁਣਦਾ ਨਹੀਂ, ਅਸੀਂ ਰਹਿੰਦੇ ਇੱਥੋਂ ਮਤਲਬ 2 ਕਿੱਲਿਆਂ 'ਤੇ, ਉਹ ਕਹਿੰਦੇ ਬਾਬੇ ਜੀ ਨੂੰ ਕਹਿੰਦਾ ਸਾਡੀ ਤਾਂ ਤੁਹਾਡੀ ਤਾਰ ਬੰਦ ਕਰਾ ਕੇ, ਸਾਨੂੰ ਤਾਂ ਲਾਊਡ ਸਪੀਕਰ ਸੁਣਨ ਦਾ ਹੁਕਮ ਨਹੀਂ ਇਸ ਪਿੰਡ 'ਚ। ਹਾਂਜੀ, ਬਾਪੂ ਜੀ ਹਰ ਇੱਕ ਹੁੰਦੀ ਆ ਉਮੀਦ ਵੀ ਨਵਾਂ ਸਰਪੰਚ ਆਊਗਾ ਪਿੰਡ ਦਾ, ਇਹ ਵਿਕਾਸ ਹੁਣ ਹੈਗੀ ਉਮੀਦ? ਉਮੀਦ ਲੈ ਕੇ ਆਉਂਦੇ ਜ਼ਰੂਰ ਨੇ, ਪਰ ਬਣਦਾ ਕੁਛ ਨਹੀਂ। ਮੈਨੀਫੈਸਟੋ ਵੀ ਹੁੰਦਾ ਵੀ ਆਹ ਦੇਵਾਂਗੇ ਪਿੰਡ 'ਚ, ਆਪਣਾ ਗਰਾਊਂਡ ਤੱਕ ਬਣਾਵਾਂਗੇ, ਲਾਇਬ੍ਰੇਰੀਆਂ ਤੱਕ, ਜਿਵੇਂ ਹੁਣ ਮੈਂ ਲਾਇਨਦਾਰ ਬਣਾਤਾ, ਮੈਂ ਤਾਂ ਆਪਦੇ ਖੇਤ ਖੇਤ ਦੀ ਬਾੜ ਹੁੰਦੀ ਰਹੀ ਹੈ, ਉਰੇ ਦੂਏ ਦੇ ਖੇਤ 'ਚ ਕੋਈ ਨਹੀਂ ਬੜਿਆ। ਹੋਰ ਵੀ ਮੌਜੂਦ ਨੇ, ਕਿਵੇਂ ਦੇਖਦੇ ਹੋ ਬਾਈ ਜੀ ਪੰਚਾਇਤੀ ਚੋਣਾਂ ਆ ਗਈਆਂ, ਇਹਦੀ ਬਹੁਤ ਉਡੀਕ ਸੀ ਪੁਰਾਣੇ ਸਰਪੰਚਾਂ ਦੇ, ਬਹੁਤ ਇਹ ਵੀ ਹੁੰਦਾ ਸੀ ਵੀ ਕੰਮ ਨਹੀਂ ਹੋਇਆ, ਹੁਣ ਲੱਗਦਾ ਸੀ ਗੱਲ ਜੀ। ਅਗਰ ਕੋਈ ਵਧੀਆ ਸਰਪੰਚ ਵਧੀਆ ਸੋਚ ਵਾਲਾ ਆਊਗਾ ਜੀ ਤਾਂ ਇਹ ਕੰਮ ਨੇ ਸਾਰੇ ਜ਼ਰੂਰ ਹੋਣਗੇ। ਸੋ ਮੈਂ ਚਾਹੁੰਦਾ ਕਿ ਸਾਰਿਆਂ ਨੂੰ, ਆਪਾਂ ਨੂੰ ਪਿੰਡਦਿਆਂ ਨੂੰ ਦੇਖ ਕੇ ਕੋਈ ਵਧੀਆ ਸਰਪੰਚ ਚੁਣਨਾ ਚਾਹੀਦਾ ਜਿਹੜੇ ਸਾਰੇ ਕੰਮ ਕਰਾਵੇ। ਸੋ ਇਹ ਬੇਨਤੀ ਪੂਰੇ ਪਿੰਡ ਵਿੱਚ ਸਾਰਿਆਂ ਨੂੰ ਇੱਕਜੁੱਟ ਹੋ ਕੇ ਸਰਪੰਚ ਉਹ ਬਣਾਉਣਾ ਚਾਹੀਦਾ, ਜਿਹੜੇ ਪਾਣੀ ਦਾ ਵਿਕਾਸ ਆ ਇੱਧਰ ਬਹੁਤ ਖਰਾਬ ਹੋ ਰਿਹਾ, ਮੀਂਹ ਆ ਜਾਂਦਾ ਤਾਂ ਉੱਧਰਲੇ ਲੋਕਾਂ ਨੂੰ ਸਾਰਿਆਂ ਨੂੰ ਫਿਕਰ ਹੋ ਜਾਂਦੀ ਹੈ ਕਿ ਘਰਾਂ ਵਿੱਚ ਪਾਣੀ ਵੜੂ ਜਾਂ ਬਿਮਾਰੀਆਂ ਫੈਲਣਗੀਆਂ, ਇਹਨਾਂ ਦਾ ਪ੍ਰਬੰਧ ਕੀਤਾ ਜਾਵੇ। ਸੋ ਜੋ ਵੀ ਪੰਚਾਇਤ ਆਉਂਦੀ ਆ, ਸਰਪੰਚ ਆਉਂਦੇ ਨੇ, ਅਤੇ ਅਗਰ ਸਾਰਿਆਂ ਦਾ ਸਹਿਮਤੀ ਹੋ ਜੇ ਤਾਂ ਸਹਿਮਤੀ ਹੁੰਦੀ ਨਹੀਂ, ਜੇ ਹੋ ਜੇ ਤਾਂ ਉਹ ਸਭ ਤੋਂ ਵਧੀਆ। ਸਰਬਸੰਮਤੀ ਹੁੰਦੀ ਹੈ ਤਾਂ 5 ਲੱਖ ਰੁਪਇਆ ਸੀ ਐਮ ਪੰਜਾਬ, ਪਰ ਆਪਣੇ ਪਿੰਡ ਬਾਲਦਹੋਰ ਦੇ 'ਚ ਸਹਿਮਤੀ ਨਹੀਂ ਹੁੰਦੀ ਜੀ। ਅਤੇ ਸੁਣਿਆ ਜਿਵੇਂ ਸੀਐਮ ਪੰਜਾਬ ਵੀ ਕਹਿ ਰਹੇ ਨੇਗੇ ਵੀ ਇਹ ਨਾ ਸੋਚ ਕੇ ਸਰਪੰਚ ਦੇ ਵਿੱਚ ਖੜੇ ਹੋ ਵੀ ਮੈਂ 40 ਲੱਖ ਲਾ ਕੇ 40 ਲੱਖ ਬਣਾ ਲੂੰਗਾ, ਤਾਂ ਇਹ ਲੱਗਦਾ ਵੀ ਪਿੰਡਾਂ ਦੇ ਵਿੱਚ ਅਤੇ ਹੋ ਵੀ ਜਾਂਦਾ ਜੀ, ਬਥੇਰੇ ਕਪੜੇ ਹੁੰਦੇ ਨੇ, ਡੱਬੀ ਬੰਦ ਹੁੰਦੀ ਹੈ ਜਾਂ ਖੁੱਲੀ ਹੋ ਜਾਂਦੀ ਹੈ, ਉਹ ਤਾਂ ਫਿਰ ਸਾਰਾ ਕੁਛ ਹੀ ਚੱਲਦਾ ਜੀ। ਅਤੇ ਮੈਂ ਚਾਹੁੰਦਾ ਵੀ ਅਗਰ ਦੇਖ ਕੇ ਸਰਪੰਚ ਬਣਾਇਆ ਜਾਵੇ ਤਾਂ ਸਾਰੇ ਕੰਮ ਹੋਣਗੇ, ਵੈਸੇ ਵੀ ਸੋਚ ਵਧੀਆ ਹੋਣੀ ਚਾਹੀਦੀ ਹੈ। ਤਾਂ ਹੋਰ ਗੱਲਬਾਤ ਕਰ ਲੈਂਦੇ, ਆਪਣੇ ਨਾਲ ਹੋਰ ਵੀ ਮੌਜੂਦ ਨੇ ਲੋਕ, ਕਿਵੇਂ ਦੇਖਦੇ ਹੋ ਸਰਪੰਚੀ ਦਾ ਮੌਕਾ ਮਿਲ ਗਿਆ ਤਾਂ ਕਿਹਨੂੰ ਵੋਟ ਪਾਓ, ਕੀ ਲੱਗਦਾ ਕੰਮ ਹੋਏ ਨੇ ਪਹਿਲਾਂ? ਤਾਂ ਲੋਕ ਜਿਹੜੇ ਝਿਜਕਦੇ ਵੀ ਨਜ਼ਰ ਆਉਂਦੇ ਨੇ, ਬਾਪੂ ਜੀ ਕਿੰਨੇ ਕੁ ਕੰਮ ਹੋਏ ਨੇ ਲੱਗਦੇ? ਸਾਡੇ ਕੰਮ ਤਾਂ ਸਾਡੇ ਵਾਸਤੇ ਤਾਂ ਹੋਇਆ ਨਹੀਂ ਬਾਈ, ਕੋਈ ਜਮੀ ਨਹੀਂ ਕਰਿਆ, ਏਕੜ ਤਾਂ ਲੱਗਦੇ ਹੋਣਗੇ, ਆਉਂਦੇ ਤਾਂ ਹੋਣਗੇ ਵੀ ਅਸੀਂ ਇਹ ਕੰਮ ਸਾਡੇ ਵਿੱਚ ਅੜੇ ਪੱਤੀ ਅੱਡ ਦੀ ਅਸੀਂ ਨੇ ਜਿਹੜਾ ਸਰਪੰਚ ਦੀ ਪੁਰਾਣਾ ਉਹਨੂੰ ਵੋਟਾਂ ਪਾਈਆਂ ਲਿਆ, ਸਾਡੇ ਪਾਸੇ ਕੋਈ ਕੰਮ ਨਹੀਂ ਹੋਇਆ। ਕੀ ਜਵਾਬ ਦੇਵੋਗੇ? ਹਾਂ ਜਵਾਬ ਦੇਵਾਂਗੇ, ਪੱਤੀ ਤਾਂ ਨਹੀਂ ਪੁੱਛਦੇ? ਹਾਂ ਪੁੱਛਦਾਂਗੇ, ਸਾਡਾ ਬੰਦੇ ਨਹੀਂ ਹੋਇਆ ਜੀ ਖੜਾ, ਦੂਏ ਹੋਏ ਨੇ। ਬਾਬਾ ਜੀ ਐਸਸੀ ਸੀਟ ਕਰਤੀ ਤਾਂ ਉਹਦਾ ਕੀ ਲੱਗਦਾ ਲਾਭ ਹੋਊਗਾ? ਉਹ ਤਾਂ ਚੱਲ ਉਹ ਵੀ ਸਾਡੇ ਵਰਗੇ ਨੇ, ਲਾਭ ਤਾਂ ਉਹਨਾਂ ਦਾ ਵੀ ਹੋਊਗਾ ਜੇ ਕਰਨਗੇ, ਉਹ ਤਾਂ ਹੈ ਨਾ, ਤਾਂ ਲਾਭ ਹੋਊ, ਪਰ ਉਹਨਾਂ ਨੂੰ ਹੁੰਦਾ ਨਹੀਂ ਉਹ ਕਰਦੇ ਹੁੰਦੇ ਲੋਕ। ਸੀ ਐਮ ਪੰਜਾਬ ਕਹਿੰਦੇ ਵੀ ਇਹ ਸੋਚ ਕੇ ਖੜੇ ਨਾ ਹੋਏ ਵੀ 40 ਲੱਖ ਲਾ ਕੇ 40 ਲੱਖ ਬਣਾ ਲਾਂਗੇ, ਤਾਂ ਕੀ ਲੱਗਦਾ ਪਿੰਡਾਂ 'ਚ ਹੁੰਦੀ ਹੈ?
ਹੁੰਦੀ ਆ, ਖਾਂਦੇ ਨੇ ਪੈਸੇ, ਸਾਰਾ ਕੁਛ ਹੁੰਦਾ, ਪਿੰਡਾਂ 'ਚ ਕੀ ਨਹੀਂ ਹੁੰਦਾ ਹੈਗਾ। ਬਸ ਇਹ ਤੁਸੀਂ ਸਾਡੇ ਨਾਲ ਹੁਣ ਚੱਲੋ, ਸਾਡੇ ਆਹ ਪੱਕੀਆਂ ਮਹੀਆਂ 'ਚ ਏਡਾ ਘਾਹ ਖੜਿਆ ਗੋਡੇ ਗੋਡੇ, ਸਾਡੇ ਪੈਸੇ ਚੱਕਣ ਨਹੀਂ ਆਉਂਦੇ, ਉੱਧਰੋਂ ਚੱਕੀ ਜਾਂਦੇ ਨੇ ਹੁਣ ਟੁੱਕਰ ਵੀ ਚੱਲਦੇ ਨੇ ਜਿਹੜੇ ਮੇਰੇ ਗਾਏ ਨੇ ਇੰਨੇ ਇੰਨੇ ਥਾਵਾਂ 'ਚ ਚੱਲੇ, ਉੱਧਰ ਕੋਈ ਨਹੀਂ ਹੁੰਦਾ ਇਹਨਾਂ ਦਾ। ਹਾਂ ਐਡਾ ਪਿੰਡ, ਇੱਕ ਤੇ ਇਹੀ ਪਿੰਡ ਖਰਾਬ ਹੈ, ਡੁੱਬਦਾ ਪਾਣੀ 'ਚ ਇੱਕ ਤੇ ਆਈ ਪਿੰਡ। ਬਾਪੂ ਜੀ ਕਿਵੇਂ ਦੇਖਦੇ ਹੋ ਪੰਚਾਇਤੀ ਚੋਣ ਆ ਗਿਆ, ਪਹਿਲਾਂ ਲੱਗਦਾ ਪਿੰਡ 'ਚ ਕੰਮ ਹੋਇਆ ਜੀ? ਹੋਇਆ ਨਹੀਂ ਕੰਮ, ਕੋਈ ਕੰਮ ਤਾਂ ਹੋਇਆ ਹੋਊਗਾ, ਕੋਈ ਇੱਕ ਨਾ ਲਿਕੜ ਦੇ ਨਾਲੇ ਵੀ ਭਰੇ ਪਏ ਨੇ, ਗੰਦ ਪਾਇਆ ਪਿਆ, ਇੱਕ ਨਾ ਕੰਮ ਹੋਇਆ, ਕੁਛ ਨਹੀਂ ਹੋਇਆ। ਤਾਂ ਵਿਕਾਸ ਹੋਇਆ, ਪਾਣੀ ਤਾਂ ਦੱਸਿਆ ਸਾਰਾ, ਹੋਰ ਮੀਂਹ ਪੈਣ ਦਾ ਅਸੀਂ ਉੱਥੇ ਤੰਗ ਹੁੰਦੇ ਆ, ਕੁਛ ਨਹੀਂ ਚੱਲਦਾ। ਜੇਕਰ ਨਵਾਂ ਸਰਪੰਚ ਬਣਦਾ ਤਾਂ ਕਿਹੜੇ ਕਿਹੜੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਤੁਹਾਡੇ ਮੁਤਾਬਿਕ ਹੋਣੇ ਚਾਹੀਦੇ, ਜਿਹਨੂੰ ਪਿੰਡ ਦੀ ਸਖਤ ਲੋੜ? ਪਿੰਡ ਦੇ ਹੁਣ ਸਾਰੇ ਕੰਮ ਹੋਣ ਵਾਲੇ ਨੇ ਜੀ, ਕਿਹੜਾ ਕਰਦਾ ਮੌਕ ਇੱਥੇ, ਮਤਲਬ ਹੁਣ ਤੱਕ ਦੀਆਂ ਸਰਕਾਰਾਂ ਤੋਂ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਸਾਰੇ ਪਿੰਡ 'ਚ ਪਾਣੀ ਫਿਰਦਾ ਸਾਡੇ, ਇੱਧਰ ਬੰਨ ਲੱਗ ਗਿਆ ਮੂਹਰੇ। ਹਾਂਜੀ ਬਣਿਆ ਨੀ, ਇੱਕ ਪਾਸੇ ਦਾ ਕੰਮ ਬਣਿਆ ਹੋਇਆ, ਇੱਕ ਪਾਸੇ ਦਾ ਨੀ ਹੈਗਾ, ਦਰਖਾਸਤ ਦੇ ਸਕਦਾ ਕੋਈ ਵੀ ਆ ਕੇ। ਵਿਕਾਸ ਦੇ ਦਾਅਵੇ ਲੈ ਕੇ ਤਾਂ ਆਉਣਗੇ ਹੁਣ ਸਰਪੰਚੀ ਬਣ ਜੂਗੀ ਤਾਂ ਲੱਗਦਾ ਉਹ ਪੈਸੇ ਦਾ ਮੁੱਲ ਕਿਤਨਾ ਕੋਈ ਨੀ ਉਤਰਿਆ, ਕੋਈ ਨੀ ਕੰਮ ਆ, ਜਿਹੜਾ ਪੈਸਾ ਆ ਉਹ ਗਿਆ ਸਾਡੇ ਇੱਕ ਅੰਦਰ ਬੇਹੀ ਹੈ, ਉਹਨੂੰ ਅਸੀਂ ਆਪ ਸੁੰਬਰ ਨੇ ਆਪ ਚੱਕਦੇ, ਮੈਨੂੰ ਲੱਗਦਾ ਕਦੇ ਉੱਥੇ ਗਏ ਹੀ ਨਹੀਂ ਹੈ ਕੋਈ, ਜਿੰਨੇ ਘਰ ਨੇ ਅਸੀਂ ਆਪ ਹੀ ਚੱਕਦੇ ਆਪ ਹੀ ਸੁੰਬਰ ਦੇ ਨੂੰ, ਗੰਦ ਪਾਇਆ ਪਿਆ ਸਾਰਾ ਕੁਛ। ਗ੍ਰਾਂਟ ਕਿੰਨੀ ਕੁ ਆਉਂਦੀ ਹੈ ਤੁਹਾਡੇ ਮੁਤਾਬਿਕ? ਗ੍ਰਾਂਟ ਸਾਨੂੰ ਕੀ ਪਤਾ ਜੀ, ਗ੍ਰਾਂਟ ਤਾਂ 10 ਬਾਈ 33 ਜ਼ਮੀਨ ਹੈਗੀ ਹੈ ਬਾਪੂ ਜੀ? ਹਾਂ ਹੈਗੀ, ਪੰਚਾਇਤ ਜ਼ਮੀਨ ਆ। ਕੰਮ ਕਿਉਂ ਪੈਸੇ ਗਏ ਕਿਤੇ ਤੁਹਾਡੇ ਮੁਤਾਬਿਕ? ਸਾਨੂੰ ਕੌਣ ਦੱਸਦਾ ਹੈ, ਤਾਂ ਬੁੜੇ ਆਦਮੀ ਵਾਲੇ ਦਾ ਉਰੇ ਬੈਠਿਆ, ਉਹਦਾ ਸਾਨੂੰ ਤਾਂ ਕਾਗਜ਼ਾਂ ਤੇ ਕਹਿੰਦੇ ਬੁਲਾਤੇ ਕੰਮ ਦੱਸਤਾ ਤੁਹਾਨੂੰ ਵੀ ਸਾਡੇ ਪਾਸੇ ਕੰਮ ਨੀ ਹੋਇਆ, ਹੋਰ ਜਿਹੇ ਪਿੰਡ ਦੇ ਸਾਰਾ ਹੋ ਗਿਆ। ਨਵੇਂ ਸਰਪੰਚ ਵੀ ਆਉਣਗੇ ਵੱਖ ਵੱਖ, ਜਿਹੜੇ ਕੰਮ ਕੀਤੇ ਉਹਨੇ ਤਾਂ ਉਹਦੇ ਦਾਅਵੇ ਵੀ ਹੋਣਗੇ, ਪਰ ਪਿੰਡ ਦੀ ਪੰਚਾਇਤ ਮੈਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਸੱਥ ਦੇ ਵਿੱਚ ਮੌਜੂਦ ਆ, ਤਾਂ ਲੋਕਾਂ ਨੇ ਆਪਣੇ ਮਸਲੇ ਵੀ ਰੱਖੇ ਨੇ, ਤਾਂ ਨਵੇਂ ਸਰਪੰਚ ਵੀ ਆਉਣਗੇ, ਪੁਰਾਣੇ ਸਰਪੰਚ ਦੀ ਗੱਲਾਂ ਕਰੀਏ ਤਾਂ ਵੱਖ ਵੱਖ ਦਾਅਵੇ ਵੀ ਹੁੰਦੇ ਨੇ ਕਿ ਪਿੰਡ ਦੇ ਵਿੱਚ ਕੰਮ ਹੋਏ ਨੇ, ਪਰ ਉਹਨਾਂ ਕੰਮਾਂ ਦੀ ਪੋਲ ਜਿਹੜੀ ਇਹਨਾਂ ਸੱਥਾਂ ਦੇ ਵਿੱਚ ਖੁੱਲਦੀ ਹੈ ਤਾਂ ਸਰਪੰਚੀ ਜਿਹੜੀ ਆ ਗਈ ਹੈ ਤਾਂ ਲੋਕ ਜਿਹੜੇ ਕੰਮ ਪਿੰਡ ਦੇ ਹੋਣ ਵਾਲੇ ਨੇ ਤਾਂ ਉਹਨੂੰ ਵੀ ਅੱਗੇ ਰੱਖਣਗੇ, ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿਹਨੂੰ ਮੌਕਾ ਮਿਲਦਾ, ਕਿਹਦੇ ਸਿਰ ਤੇ ਤਾਜ ਹੈ ਜਿਹੜਾ ਸਰਪੰਚੀ ਦਾ ਪਿੰਡ ਵਾਸੀ ਜਿਹੜਾ ਲਾਉਂਦੇ ਨੇ। ਤਾਂ ਹੋਰ ਵੀ ਗੱਲਬਾਤ ਕਰ ਲੈਂਦੇ ਆਪਾਂ, ਪਿੰਡ ਵਾਸੀ ਮੌਜੂਦ ਹੈ ਮੇਰੇ ਨਾਲ, ਯੂਥ ਦਾ ਨੌਜਵਾਨ ਵੀ ਮੌਜੂਦ ਹੈ ਜੀ, ਕੀ ਲੱਗਦਾ ਤੁਸੀਂ ਯੂਥ ਹੋ, ਸਰਪੰਚੀ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਹੋਣੇ, ਤੁਸੀਂ ਪਿੰਡ ਦੇ ਵਿੱਚ ਤਾਂ ਰਹਿੰਦੇ ਹੋ, ਮੈਂ ਕਦੇ ਨਹੀਂ ਮੂਰੇ ਬੋਲਿਆ, ਤਾਂ ਪਿੰਡ ਦੇ ਵਿੱਚ ਕੰਮ ਕਿਹੜੇ ਕਿਹੜੇ ਲੱਗਦੇ? ਕੰਮ ਤਾਂ ਸਾਰੇ ਯਾਰ ਠੀਕ ਨੇ, ਜਿਹੜੇ ਕਰ ਰਹੇ ਨੇ ਵਧੀਆ। ਹੁਣ ਤੱਕ ਹੋਏ ਨੇ ਕੰਮ? ਕੰਮ ਹੋਏ ਨੇ ਆਪਣੇ ਤਾਂ, ਉੱਧਰ ਹੋ ਗਿਆ ਵੀਰੇ, ਆਪਾਂ ਕੁਛ ਕਹਿ ਨਹੀਂ ਸਕਦੇ ਇਹਦੇ ਬਾਰੇ, ਹੈ ਨਾ। ਸਕੂਲ ਵਗੈਰਾ, ਗਰਾਊਂਡ ਵਗੈਰਾ, ਕਿਉਂਕਿ ਮੇਨ ਗੱਲ ਕਰੀਏ ਜਾਂ ਤਾਂ ਸਿਹਤ ਸੁਰੱਖਿਆ ਹੁੰਦੀ ਹੈ ਜਾਂ ਫਿਰ ਸਿੱਖਿਆ, ਗੇਮ 'ਚ ਵੀ ਹੁੰਦਾ ਹੈ ਨਾ, ਨਸ਼ੇ ਤੋਂ ਬਚਾਉਣਾ, ਹੈ ਨਾ, ਇਹ ਵੀ ਜ਼ਰੂਰੀ ਹੁੰਦੇ ਸਰਪੰਚ ਲਈ ਵੀ। ਸਾਡਾ ਘਰ ਜਾ ਕੇ ਦੇਖੋ, ਸਾਰੇ ਪਿੰਡ ਦਾ ਪਾਣੀ ਜਾਂਦਾ ਹੈ, ਦੇਖੀ ਮੁੰਡਾ ਮੇਰਾ ਕੱਲਾ ਅਮਲੀ ਆਦਮੀ ਹੈ, ਚਲ ਆਜ। ਤਾਂ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਨੇ ਤਾਂ ਉਹ ਵੀ ਸਾਹਮਣੇ ਆ ਰਹੀਆਂ ਨੇ ਕਿ ਪਿੰਡ ਦੇ ਵਿੱਚ ਨਹੀਂ ਕੰਮ ਹੋਇਆ। ਹਾਂਜੀ ਮਾਤਾ ਜੀ, ਮੇਰੇ ਘਰੇ ਨਰਕ ਹੋਇਆ ਪਿਆ, ਜਾ ਕੇ ਚਲੋ ਮੇਰੇ ਨਾਲ, ਚਲੋ ਚਲੋ ਮੇਰੇ ਨਾਲ। ਮਾਤਾ ਜੀ ਇੰਨੇ ਸਰਪੰਚ ਆਏ ਨੇ ਤਾਂ ਕਿਸੇ ਨੇ ਕੋਈ ਕਿਸੇ ਨੇ ਨਹੀਂ ਕਰਿਆ, ਪੁੱਤਾ ਸੀ
ਮੂਰੇ ਹੋ ਵੀ ਜ਼ੋਰ ਲਾ ਲਿਆ, ਸਾਰੀ ਸਾਡੀ ਸੁਣੀ ਨੀ, ਸਾਰੇ ਸਰਪੰਚ ਹੋ ਗਏ, ਕੋਈ ਨੀ ਸਾਡੀ, ਕੋਈ ਨੀ ਸੁਣਦਾ ਮੇਰੀ, ਤੂੰ ਕੱਲਾ ਮੇਰਾ ਪੁੱਤਾ ਅਮਲੀ ਆਦਮੀ ਮੋੜ ਕੇ ਇੱਥੋਂ ਪਾਣੀ ਸਾਡੇ ਘਰਾਂ ਚ ਬਾੜਤਾ ਇਹਨਾਂ ਨੇ। ਹਾਂ ਜੇ ਮਾਤਾ ਜੀ ਪਾਣੀ ਦੀ ਇੰਨੀ ਵੱਡੀ ਸਮੱਸਿਆ ਤਾਂ ਕਿਉਂ ਨੀ ਹੱਲ ਕਰਦੇ? ਖਬਰ ਕਾਤਨ ਕਰਦੇ ਬਈ ਇਹਨਾਂ ਦੀ, ਅਸੀਂ ਤਾਂ ਕੁਛ ਨਹੀਂ। ਹੁਣ ਮਾਤਾ ਜੀ ਆਸ ਹੈਗੀ ਇਹ ਨਵਾਂ ਸਰਪੰਚ ਬਣੂਗਾ ਵੀ ਪਿੰਡ ਦਾ ਕੰਮ ਕਰੂਗਾ? ਨਾ ਮੇਰੇ ਨਾਲ ਚੱਲ ਪੁੱਤ, ਹੱਥ ਬੰਨਦੀ ਆ ਤੂੰ ਕਰੇ ਚੱਲ, ਸਾਡੇ ਨਰਕ ਹੋਇਆ ਪਿਆ। ਨਵੇਂ ਸਰਪੰਚ ਤੋਂ ਆਸ ਹੈਗੀ ਮਾਤਾ ਜੀ, ਨਵਾਂ ਸਰਪੰਚ ਜੇ ਬਣਦੇ ਤਾਂ ਉਹ ਕੰਮ ਕਰੂਗਾ ਤੁਹਾਡੇ ਪਿੰਡ, ਹੁਣ ਵੋਟ ਤਾਂ ਪਾਓਗੇ ਨਾ? ਪੱਕੀ ਨੇ ਆਦਾ ਨਹੀਂ ਵੀ ਕੋਈ ਪਾਓਗੇ? ਨਹੀਂ ਕਰ ਦੂਗਾ, ਵੋਟ ਪਾਵਾਂਗੇ, ਵੋਟ ਤਾਂ ਜ਼ਰੂਰ ਪਾਵਾਂਗੇ। ਜਿਹੜੇ ਪਿੰਡ ਦੇ ਵਿਕਾਸ ਕਾਰਜਾਂ ਦੀ ਵੀ ਪੋਲ ਖੁੱਲ ਰਹੀ ਹੈ ਤਾਂ ਸਰਪੰਚ ਹੀ ਆ ਗਈ ਤਾਂ ਉਹਨਾਂ ਗੱਲਾਂ ਦੇ ਜਵਾਬ ਨੇ ਤਾਂ ਪਿੰਡ ਵਾਸੀ ਜ਼ਰੂਰ ਰੱਖਣਗੇ ਤੇ ਆਸ ਵੀ ਕਰ ਰਹੇ ਨੇ ਕਿ ਵੋਟ ਤਾਂ ਜ਼ਰੂਰ ਪਾਵਾਂਗੇ, ਪਰ ਹੱਲ ਕਰੇਗਾ ਜਾਂ ਫਿਰ ਨਹੀਂ ਇਹ ਤਾਂ ਸਮਾਂ ਦੱਸੇਗਾ। ਤਾਂ ਹੋਰ ਵੀ ਪਿੰਡਾਂ ਦੇ ਵਿੱਚ ਗੱਲਬਾਤ ਕਰਾਉਂਦੇ ਰਹਾਂਗੇ, ਤਦ ਤੱਕ ਦਿਓ ਇਜਾਜ਼ਤ। ਮੈਂ ਰਿਸ਼ਵਿੰਦਰ ਸਿੰਘ, ਧੰਨਵਾਦ।